ਉੱਥੇ ਠੇਕਾ ਜਿਹੜਾ ਹੈਗਾ ਮਿੰਟੂ ਠੇਕੇਦਾਰ ਦਾ, ਉਹ ਜਿਹੜਾ ਮਿੰਟੂ ਠੇਕੇਦਾਰ ਹੈ ਹੁਣ ਪਤਾ ਨਹੀਂ ਇਹਨਾਂ ਨੂੰ ਕਿਸ ਤਰ੍ਹਾਂ ਮਜ਼ਬੂਰ ਕੀਤਾ ਜਾਂ ਕਿੱਦਾਂ ਵੀ, ਹੁਣ ਇਹਨਾਂ ਨੇ ਬਲਾਤਕਾਰ ਕਰਕੇ ਕੀਤਾ ਉੱਥੇ। ਕਰਨ ਤੋਂ ਬਾਅਦ ਇਹਨੀ ਫਿਰ ਗਏ ਆਪਣੀ ਸ਼ਿਕਾਇਤ ਲੈ ਕੇ ਇਹਨਾਂ ਦੇ ਜਿਹੜੇ ਆਪਣੇ ਸਿਕਿਉਰਟੀ ਅਫਸਰ ਹੈ, ਕੁਛ ਇਹਨਾਂ ਦੀ ਮੈਨੇਜਮੈਂਟ ਜਿਹੜੀ ਹੈਗੀ ਆ ਪੇਪਰ ਮਿਲ ਵਾਲਿਆਂ ਦੀ। ਗਲਤ ਮਲਤ ਬੋਲੇ, ਮੈਂ ਮੈਨੂੰ ਬਹੁਤ ਦੁਖੀ ਕੀਤਾ, ਮੈਨੂੰ ਪੈਸੇ ਨਹੀਂ ਦਿੰਦੇ ਤਾਂ ਮੈਨੂੰ ਗੰਦੀਆਂ ਮੰਦੀਆਂ ਗੱਲਾਂ ਕਹਿੰਦੇ ਆ। ਮੈਂ ਕਿਹਾ ਪੁੱਤ ਸਬਰ ਕਰ, ਤੇਰੇ ਆਪਣੇ ਭਰਾ ਨੂੰ ਫੋਨ ਕਰ, ਉਹ ਲੁਧਿਆਣੇ ਗਿਆ ਆਇਆ ਸੀ, ਇੱਥੇ ਕੌਣਾ ਮੇਰਾ ਮੁੰਡਾ ਅਤੇ ਉਹਨੂੰ ਫੋਨ ਕੀਤਾ, ਉਹਨੂੰ ਫੋਨ ਨਾ ਲੱਗਾ। ਚੱਲ ਮੈਂ ਕਿਹਾ ਤੂੰ ਰਾਤ ਕੱਢ, ਮਗਰੋਂ ਇਹ ਬੰਦੇ ਨੂੰ ਪਤਾ ਲੱਗਾ, ਇਹਨੂੰ ਇਹ ਉੱਥੇ ਮਗਰ ਚਲੇ ਗਿਆ, ਕਹਿੰਦਾ ਜੇ ਤੈਨੂੰ ਨਹੀਂ ਕੋਈ ਗਲਤ ਗੱਲ ਕਹੀ ਸੀ ਤੂੰ ਮੈਨੂੰ ਦੱਸ ਦਿੰਦੀ ਹੈ। ਕਹਿੰਦੀ ਤੈਨੂੰ ਮੈਂ ਦੱਸਦੀ ਤਾਂ ਸੀਗੀ, ਉਹ ਮੋਹਰੇ ਮੇਰੀ ਸੁਣਦੇ ਨਹੀਂ ਸੀ ਵੀ ਮੈਂ ਤੰਗ ਹੋ ਕੇ ਮੈਂ ਘਰੋਂ ਆਈ ਹਾਂ। ਇਹ ਮੈਨੂੰ ਤਾਂ ਇੰਨਾ ਹੀ ਕੁਛ ਦੱਸਿਆ, ਹੋਰ ਮੈਨੂੰ ਕੁਛ ਨਹੀਂ ਦੱਸਿਆ ਉਹਨਾਂ। ਵੀ ਮੈਨੂੰ ਤੰਗ ਕੰਪਨੀ ਵਾਲੇ ਕਰਦੇ ਜਿਹੜੇ ਮੋਹਰ ਲਏ ਅਫਸਰ ਤੋਂ ਸਿਕਿਉਰਟੀ ਕਾਰਡ ਵਾ। ਮੈਨੂੰ ਬੇਟਾ ਇਹਦੇ ਬਾਰੇ ਕੁਛ ਨਹੀਂ ਪਤਾ, ਇਹ ਆਪਣੇ ਕਮਰੇ 'ਚ ਪਏ ਆ, ਮੈਂ ਆਪਣੇ ਕਮਰੇ 'ਚ ਪਈ ਹਾਂ ਅਤੇ ਜਦੋਂ ਇਹਨੇ ਚੀਕਾਂ ਮਾਰੀਆਂ ਮੈਂ ਉਦੋਂ ਉੱਠ ਕੇ ਗਈ ਹਾਂ। ਮੈਨੂੰ ਕੁਛ ਨਹੀਂ ਪਤਾ ਵੀ ਕੀ ਖਾਧਾ ਕੀ ਇਹ ਕਿੱਦਾਂ ਹੋਈ ਆ, ਮੈਨੂੰ ਕੁਛ ਇਹਦੇ ਬਾਰੇ ਨਹੀਂ ਪਤਾ। ਗੱਤਾ ਪਲਾਂਟ ਦੇ ਵਿੱਚ ਕੰਮ ਕਰਦੇ ਸੀਗੇ ਮੇਰੇ ਘਰ ਦੇ, ਤਾਂ ਉੱਥੇ ਠੇਕਾ ਜਿਹੜਾ ਹੈਗਾ ਮਿੰਟੂ ਠੇਕੇਦਾਰ ਦਾ ਆ, ਉਹ ਜਿਹੜਾ ਮਿੰਟੂ ਠੇਕੇਦਾਰ ਹੈ ਹੁਣ ਪਤਾ ਨਹੀਂ ਇਹਨਾਂ ਨੂੰ ਕਿਸ ਤਰ੍ਹਾਂ ਮਜ਼ਬੂਰ ਕੀਤਾ ਜਾਂ ਕਿੱਦਾਂ ਵੀ, ਹੁਣ ਇਹਨਾਂ ਦੇ ਨਾਲ ਬਲਾਤਕਾਰ ਕਰਕੇ ਕੀਤਾ ਉੱਥੇ। ਕਰਨ ਤੋਂ ਬਾਅਦ ਇਹਨੀ ਫਿਰ ਗਏ ਆਪਣੀ ਸ਼ਿਕਾਇਤ ਲੈ ਕੇ ਇਹਨਾਂ ਦੇ ਜਿਹੜੇ ਆਪਣੇ ਸਿਕਿਉਰਟੀ ਅਫਸਰ ਹੈ, ਕੁਛ ਇਹਨਾਂ ਦੀ ਮੈਨੇਜਮੈਂਟ ਜਿਹੜੀ ਹੈਗੀ ਆ ਪੇਪਰ ਮਿਲ ਵਾਲਿਆਂ ਦੀ। ਜਦੋਂ ਉਹਨਾਂ ਦੇ ਕੋਲ ਗਏ ਉਹਨੇ ਇਹਨਾਂ ਨੂੰ ਧੱਕੇ ਧੁੱਕੇ ਦੇ ਕੇ ਬਾਹਰ ਕੱਢ ਦਿੱਤਾ, ਤੂੰ ਗਸਤੀ ਆ, ਤੂੰ ਧੰਦੇ ਵਾਲੀ ਔਰਤ ਆ, ਤੂੰ ਫਲਾਨਾ ਆ, ਤਾਂ ਵੀ ਮੇਰੇ ਨਾਲ ਉਹਨੇ ਇੱਦਾਂ ਕੀਤੀ ਆ, ਜਿਹੜੀ ਮਿਲਦੀ ਮੈਨੇਜਮੈਂਟ ਉਹਨੂੰ ਮੈਨੂੰ ਧੱਕੇ ਮਾਰੇ, ਗਾਲਾਂ ਕੱਢੀਆਂ ਵੀ ਮੈਨੂੰ ਕਹਿੰਦੀ ਆ, ਫਿਰ ਉਹਨੇ ਬਹੁਤ ਮਾੜਾ ਚੰਗਾ ਬੋਲਿਆ। ਤਾਂ ਉਸ ਤੋਂ ਬਾਅਦ ਵਿੱਚ ਜੀ ਚਲੋ ਰਾਤ ਦੇ 2:30-3 ਵੱਜ ਗਏ, ਮੇਰੀ 4 ਵਜੇ ਅੱਖ ਲੱਗ ਗਈ। ਉੱਦਾਂ ਮੈਨੂੰ ਕਹੀ ਗਿਆ ਵੀ ਤੁਸੀਂ ਸੌਂ ਜਾਓ, ਤਾਂ ਮੈਨੂੰ ਉਹਦੇ ਮਨ ਨੂੰ ਪਤਾ ਨਹੀਂ ਕੀ ਪਿਆ, ਮੈਨੂੰ ਵੀ ਨੀਂਦ ਨਹੀਂ ਸੌਂਦੀ। ਉਹ 4 ਵਜੇ ਮੇਰੀ ਅੱਖ ਲੱਗ ਗਈ, 4 ਵਜੇ ਇਹਨਾਂ ਨੂੰ ਕਦੇ ਟਾਈਮ ਮਿਲਿਆ, ਉੱਠ ਕੇ ਇਹਨੇ ਉਹ ਸਲਫਾਸ ਦਾ ਚਮਚਾ ਲੈ ਕੇ ਮੂੰਹ ਦੇ ਵਿੱਚ ਪਾ ਲਿਆ, ਪਾ ਕੇ ਪਾਣੀ ਪੀ ਲਿਆ। ਫਿਰ ਉਸ ਤੋਂ ਬਾਅਦ ਉੱਥੇ ਸਾਨੂੰ ਇਹਨਾਂ ਨੂੰ ਕਿਤੇ ਲਿਜਾਣ ਦਾ ਕੋਈ ਸਾਧਨ ਨਹੀਂ ਮਿਲਿਆ। ਜਿੱਥੇ ਮੇਰੇ ਸਹੁਰੇ ਸੀਗੇ ਕੋਈ ਗੱਡੀ ਨਹੀਂ, ਕੋਈ ਦਵਾ ਨਹੀਂ ਜਾਂ ਕਿੱਦਾਂ, ਹਸਪਤਾਲ ਜਾਣ ਦਾ ਟਾਈਮ ਨਹੀਂ ਮਿਲਿਆ ਹੈਗਾ, ਘਰ ਇਹਨਾਂ ਦੀ ਡੈਥ ਹੋ ਗਈ ਉੱਥੇ। ਹਾਂ ਵੀਡੀਓ ਬਣੀ ਇਹਨਾਂ ਦੀ, ਹਾਂ ਨਹੀਂ ਮੈਂ ਨਹੀਂ ਦੇਖਿਆ ਅਜੇ ਤੱਕ, ਹਾਂ ਮੈਨੂੰ ਦੱਸਿਆ ਉਹਨੂੰ ਵੀ ਸਾਡੀ, ਕਹਿੰਦੇ ਉੱਥੇ ਵੀਡੀਓ ਬਣਾਈ ਗਈ ਹੈ ਜਾਂ ਕਿੱਦਾਂ ਵੀ। ਤਾਂ ਸਵੇਰੇ ਪਤਾ ਲੱਗਿਆ ਵੀ ਰੇਨੂ ਬਾਲਾ ਦੀ ਡੈਡ ਬੋਡੀ ਆਈ ਹੈ ਸਾਡੇ ਗੜ੍ਹ ਸ਼ੰਕਰ। ਇਹਦਾ ਜਿਹੜਾ ਇਹਦਾ ਪਤਾ ਲੱਗਿਆ ਸੀ ਵੀ ਜਲੰਧਰ ਕੋਈ ਇਹਨੇ ਜ਼ਹਿਰ ਜ਼ਰੂਰ ਖਾ ਲਿਆ, ਪਰ ਸਾਡੇ ਇੱਥੇ ਆ ਗਏ, ਹੁਣ ਇਹਦਾ ਦੇਖਦੇ ਹਾਂ ਜਿਹੜੀ ਵੀ ਕਾਰਵਾਈ ਉਹ ਅਸੀਂ ਕਰਕੇ। ਸਰ ਸੁਣਨ ਜਾ ਰਹੇ ਉਹਨਾਂ ਨੇ ਰੋਪ ਲਗਾ ਰਹੇ ਆ ਵੀ ਜਿਹੜੇ ਪੇਪਰ ਮਿਲ ਹੈਗੇ ਉੱਥੇ ਇਹਨਾਂ ਨਾਲ ਧੱਕਾ ਹੋਇਆ ਹੈਗਾ, ਉਹਦੇ ਕਰਕੇ ਇਹਨਾਂ ਨੇ ਪੋਇਜ਼ਨ ਖਾਧਾ। ਇਹ ਤਾਂ ਹੁਣ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੂ ਕਿੱਥੋਂ ਕੀ ਹੈ।